ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬੱਬੀ ਦੀ ਵੈਜੀਟੇਨ ਕਿਚਨ ਦੇ ਵਿੱਚ ਅੱਜ ਆਪਾਂ ਤੁਹਾਨੂੰ ਲੈਫਟਓਵਰ ਸਾਗ ਜਿਹੜਾ ਬਾਦੂ ਪਿਆ ਹੁੰਦਾ ਹੈ ਆਪਣੇ ਬਚਿਆ ਹੋਇਆ ਉਹਦੀ ਆਪਾਂ ਪਰੌਠੇ ਬਣਾ ਕੇ ਦਿਖਾਵਾਂਗੇ ਤੁਹਾਨੂੰ ਵੀਡੀਓ ਦੇਖਦੇ ਇਨ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅੱਜ ਫਿਰ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਅਪਾ ਅੱਜ ਲੈਫਟਓਵਰ ਸਾਗ ਵਾਲਾ ਜਿਹੜਾ ਪਰੌਂਠਾ ਬਣਾਉਣ ਲੱਗੇ ਆ ਇੱਕ ਬੋਲ ਮੈਂ ਸਾਗ ਦਾ ਲਿਆ ਆ ਬਣਿਆ ਹੋਇਆ ਸਾਗ ਆਪਣਾ ਹੋਮ ਮੇਡ ਹਨ ਤੇ ਇੱਕ మీడియం ਸਾਈਜ਼ ਮੈਂ ਓਨੀਅਨ ਪਾਉਣ ਲੱਗੀ ਆ ਥੋੜੀਆਂ ਜਿਹੀਆਂ ਮਿਰਚਾਂ ਪਾਉਂਗੀ ਜਿਦਾਂ ਸਾਗ ਚ ਜੇ ਲੂਨ ਮਿਰਚ ਤੁਹਾਡੇ ਲਈ ਸਹੀ ਆ ਤੇ ਫਿਰ ਤੁਸੀਂ ਰਹਿਣ ਦਿਓ ਨਾ ਪਾਓ ਜੇ ਘਾਟਿਆ ਫਿਰ ਤੁਸੀਂ ਵਿੱਚੇ ਦੇ ਹੋਰ ਐਡ ਕਰ ਸਕਦੇ ਹੋ ਹਨ ਤਿੰਨ ਕੱਪ ਮੈਂ ਆਟੇ ਦੇ ਲਏ ਆ ਆਟੇ ਚ ਆਪਾਂ ਡੂਣ ਵੀ ਮੈਂ ਥੋੜੀ ਜਿਆ ਐਡ ਕਰੂੰਗੀ ਆਪਣੇ ਹਿਸਾਬ ਦੇ ਨਾਲ 1 1/2 ਟੀस्पून ਦੋ ਕਹਿ ਲੋ ਹਨਾ 2 ਟੀस्पून ਇਹਦੇ ਚ ਲਾਇਆ ਸੋਲਟ 1 ਟੀस्पून ਅਜ ਵੰਡ ਪਾਵਾਂਗੇ ਇਹਦੇ ਚ ਪਿਆਜ਼ ਤੇ ਹਰੀ ਮਿਰਚ ਕੱਟੀ ਹੋਈ ਜਿਹੜੀ ਉਹ ਵੀ ਮਿਕਸ ਕਰਦਨੇ ਵਿੱਚ 1 ਟੇਬਲस्पून ਆਪਾਂ ਇਹ ਚ ਦੇਸੀ ਘਿਓ ਪਾਵਾਂਗੇ ਚਾਹੇ ਤੁਸੀਂ ਓਇਲ ਵੀ ਪਾ ਸਕਦੇ ਹੋ ਬਟਰ ਪਾ ਸਕਦੇ ਆ ਮੈਂ ਦੇਸੀ ਘਿਓ ਪਾਵਾਂਗੇ ਇਹਦੇ ਚ ਦੇਸੀ ਘਿਓ ਪਾਉਣ ਦੇ ਨਾਲ ਨਾ ਪਰੌਂਠਾ ਜਿਹੜਾ ਹੈ ਬਹੁਤ ਸੌਫਟ ਹੋਊਗਾ ਇਹਨੂੰ ਹੁਣ ਆਪਾਂ ਵਿੱਚ ਮਿਕਸ ਕਰ ਲੈਨੇ ਆ ਆਟੇ ਨੂੰ ਨਾਲੇ ਲੋੜ ਮਿਕਸ ਹੋ ਜਾਊਗਾ ਨਾਲੇ ਇਹਦੇ ਚ ਸਾਗ ਜਿਹੜਾ ਹੈ ਐਡ ਕਰ ਦੇਣਾ ਹੈ ਤੁਸੀਂ ਵੀ ਦੇਖਿਓ ਬਣਾ ਕੇ ਸਾਗ ਵਾਲੇ ਪਰੌਂਠੇ ਜਿਹੜੇ ਆ ਬਹੁਤ ਸੌਫਟ ਬਣਦੇ ਆ ਆਪਾਂ ਬਿਨਾ ਪਾਣੀ ਤੋਂ ਹੀ ਆਟਾ ਗੁੰਨ ਦੇਣਾ ਹੁਣ ਇਹਨੂੰ ਹੱਥ ਨਾਲ ਹੀ ਕਰਨਾ ਪੈਣਾ ਹਨਾ ਜਿਦਾ ਆ ਪਾਟਾ ਗੁੰਨੀਦਾ ਹੀ ਇਹ ਨਾਰਮਲ ਇਦਾਂ ਹੀ ਆਟਾ ਗੁੰਨ ਹੋ ਜਾਣਾ ਇਹਦਾ ਬਿਨਾ ਪਾਣੀ ਤੋਂ ਹੀ ਲੋੜ ਪਈ ਤਾਂ ਪਾਣੀ ਦਾ ਹੱਥ ਲਾ ਲਵਾਂਗੇ ਨਹੀਂ ਤਾਂ ਨਹੀਂ ਹੁਣ ਆਪਾਂ ਨੂੰ ਥੋੜਾ ਜਿਹਾ ਪਾਣੀ ਪਾਉਣਾ ਪੈਣਾ ਇਦਾਂ ਹੱਥ ਤੇ ਪਾ ਕੇ ਥੋੜਾ ਥੋੜਾ ਛਿੱਟਾ ਦੇ ਦੇ ਕੇ ਇਦਾਂ ਇੱਕਦਮ ਨਹੀਂ ਜ਼ਿਆਦਾ ਨਹੀਂ ਪਾਉਣਾ ਹੈਗਾ ਹਨਾ ਥਰਥੜ ਪਾ ਕੇ ਆਟਾ ਨਾਲ ਇਸੇ ਦਾ ਲਾ ਲੈਣਾ ਆਪਾਂ ਆਟੇ ਨਾਲ ਆਪ ਮਲ ਕੇ ਹੁਣ ਇਹਨੂੰ ਅਧਕ ਘੰਟੇ ਇਦੀ ਪਿਆਰਾ ਇਹਨਾਂ ਨੂੰ ਥੋੜੀ ਜਿਹੀ ਰੈਸਟ ਹੋ ਜਾਊਗੀ ਤੇ ਉੱਤੇ ਆਪਾਂ ਇਹਦੇ ਕਵਰ ਕਰ ਦੇਣਾ ਫਿਰ ਇਹਦੇ ਪਰੌਂਠੇ ਬਣਾ ਕੇ ਦਿਖਾਉਣੇ ਤੁਹਾਨੂੰ ਸੈੱਟ ਹੋ ਗਿਆ ਇਹਨੂੰ ਹੋ ਗਿਆ ਹੁਣ ਘੰਟਾਕ ਪੈ ਇਹਨੂੰ ਹੁਣ ਆਪਾਂ ਇਹਦੇ ਪਰੌਂਠੇ ਬਣਾਉਣੇ ਆ ਜਿਹੜਾ ਪੇੜਾ ਲੈਣਾ ਆ ਥੋੜਾ ਜਿਹਾ ਇਹ ਰੋਟੀ ਇਹਦੀ ਭਾਰੀ ਸੋਹਣੀ ਲੱਗਦੀ ਆ ਪਰੌਂਠਾ ਜਿਹੜਾ ਭਾਰੇ ਪੇੜੇ ਦਾ ਸੋਹਣਾ ਲੱਗਦਾ ਭਾਰੇ ਦਾ ਮਤਲਬ ਹੈ ਜਿੰਨੀ ਕਿ ਰੋਟੀ ਆਪਾਂ ਬਣਾਉਨੇ ਉਹਦੇ ਨਾਲ ਥੋੜਾ ਜਿਹਾ ਆਟਾ ਜ਼ਿਆਦਾ ਲਾ ਲੈਣਾ ਹਨਾ ਇਹਨੂੰ ਤੇ ਹੁਣ ਆਪਾਂ ਪਰੌਂਠੇ ਤੁਹਾਨੂੰ ਸਾਗ ਵਾਲੇ ਬਣਾ ਕੇ ਦਿਖਾਉਣੇ ਆ ਵੀਡੀਓ ਦੇਖ ਤੇ ਆਪਣਾ ਤਵਾ ਉਧਰ ਰੱਖ ਰਿਹਾ ਤਾਂ ਇਹ ਤੇ ਮੈਂ ਕਿਉਂ ਉਪਾਗ ਰੱਖਤਾ ਕਿਉਂ ਗਰਮ ਹੁੰਦਾ ਹੈ ਦੇਸੀ ਘੀ ਲਾ ਲੋ ਚਾਹੇ ਤੁਸੀਂ ਤੇਲ ਕਿਉ ਬਟਰ ਜੋ ਮਰਜੀ ਲਾ ਸਕਦੇ ਹੋ ਹਨਾ ਨਾਈਸ ਇਹਨੂੰ 베ਰ ਲੈਣਾ ਆ ਜਿਆਦਾ ਪਤਲਾ ਕਰੋਗੇ ਤਾਂ ਇਹ ਸੁੱਕੀ ਜੇ ਜਾਣੀ ਆ ਜੇ ਨਾਈਸ ਇਦਾਂ ਥੋੜੀ ਜਿਹੀ ਭਾਰੀ ਰਹਿਨਦੋਂਗੇ ਤਾਂ ਫਿਰ ਬਹੁਤ ਸੋਹਣੇ ਪਰੌਂਠੇ ਬਣਦੇ ਆ ਰਹੇ ਹਨਾ ਤਵਾ ਆਪਣਾ ਗਰਮ ਹੋ ਗਿਆ ਮੈਂ ਕਿਉ ਉਧਰ ਪਾ ਕੇ ਰੱਖਿਆ ਸੀ ਕਿਉ ਮੈਲਟ ਹੋ ਗਿਆ ਪਰ ਹੁਣ ਆਪਾਂ ਪਾਈਏ ਪਰੌਂਠਾ ਇਹਦੇ ਤੇ ਲਓ ਜੀ ਪਰੌਂਠਾ ਗਿਆ ਆਪਣਾ ਤਵੇ ਤੇ ਨਾਈਸ ਇਹਨੂੰ ਸੋਹਣਾ ਜਿਹਾ ਸੇਕ ਕਰਕੇ ਤਵੇ ਦਾ ਫੇਰ ਜਿੱਦਾਂ ਰਾੜਣਾ ਹੈ ਜਿਆਦਾ ਨਹੀਂ ਕਰਨਾ ਹੈਗਾ ਫਿਰ ਲੋ ਲੂਜ਼ੇ ਹੋ ਜਾਂਦਾ ਹੈ ਫਿਰ ਨਾਈਸ ਨਹੀਂ ਬਣਦਾ ਪਰੌਂਠਾ ਇਹਨੂੰ ਹੁਣ ਆਪਾਂ ਇਧਰ ਪਾਸੇ ਦੇ ਸੀ ਕਿ ਉਹ ਲਾ ਦੇਣਾ ਜਾਂ ਨੂੰ ਦੂਜੇ ਪਾਸੇ ਵੀ ਹੋ ਜਾਊਗਾ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਘਿਓ ਘਿਓ ਲਾਉਣਾ ਚਾਹੁੰਦੇ ਬਟਰ ਲਾਉਣਾ ਚਾਹੁੰਦੇ ਆ ਬਟਰ ਵੀ ਲਾ ਸਕਦੇ ਆ ਤੇਲ ਲਾਉਣਾ ਚਾਹੁੰਦੇ ਆ ਤਾਂ ਤੇਲ ਵੀ ਲਾ ਸਕਦੇ ਆ ਹਨ ਜਿਹਦੇ ਨਾਲ ਮਰਜ਼ੀ ਬਣਾ ਲਓ ਬਹੁਤ ਸੌਫਟ ਬਣਦੇ ਆ ਸਾਗ ਵਾਲੇ ਪਰੌਂਠੇ ਹੁਣ ਆਪਣਾ ਪਰੌਂਠੇ ਨੂੰ ਆਪਾਂ ਰਾੜ ਲਈਏ ਤੇ ਫਿਰ ਤੁਹਾਨੂੰ ਪਲੇਟ ਕਰਕੇ ਦਿਖਾਉਨੇ ਆ ਮੀਡੀਅਮ ਲੋ ਤੇ ਸੇਕ ਲਾਉਣਾ ਆ ਲੁਕ ਫੇ ਬਹੁਤ ਸੋਹਣਾ ਗੈਸ 'ਤੇ ਸੇਕ ਲੱਗਦਾ ਇਹਨੂੰ ਨਾਲ-ਨਾਲ ਨੱਪ ਦੇਣਾ ਪਰੌਂਠਾ ਫੁੱਲ ਵੀ ਸਕਦਾ ਹੈ ਸ਼ਾਇਦ ਲੋ ਕਿੰਨਾ ਸੋਹਣਾ ਸੇਕ ਆਇਆ ਨਾ ਪਰੌਂਠੇ ਦਾ ਹੁਣ ਆਪਾਂ ਬਾਕੀ ਦੇ ਵੀ ਲਾ ਲਈਏ ਫੇ ਤੁਹਾਨੂੰ ਪਲੇਟ ਕਰਕੇ ਦਿਖਾਉਣੀ ਮੈਂ ਇੱਕ ਵਾਲਾ ਪਰੌਂਠਾ ਹੋ ਗਿਆ ਰੈਡੀ ਬਹੁਤ ਸੌਫਟ ਬਣੇ ਆ ਨਾਲ ਮੈਂ ਰੱਖਿਆ ਹੈ ਠੇਉ ਦਾ ਆਚਾਰ ਨਾਲ ਦਹੀਂ ਤੁਸੀਂ ਜਿੰਨਾ ਮਰਜ਼ੀ ਖਾ ਸਕਦੇ ਆ ਪਰੌਂਠੇ ਬਹੁਤ ਸੌਫਟ ਬਣੇ ਆ ਨੁਖ ਵੈਰੀ ਨਾਈਸ ਥੈਂਕ ਯੂ ਵੈਰੀ ਮਚ ਵੀਡੀਓ ਦੇਖਣ ਦਾ ਦੇਖਦੇ ਹੋਣੇ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਸੀਂ ਵੀ ਦੇਖਿਓ ਬਣਾ ਕੇ